ਜਿਹੜੇ ਵੀਰਾਂ ਨੇ ਕਦੀ ਜ਼ਿੰਦਗੀ 'ਚ ਨਹੀਂ ਨਾ ਪੱਗ ਬੰਨ੍ਹੀ, ਉਹ ਅੱਜ ਇਹ ਵੀਡੀਓ ਦੇਖ ਕੇ ਪੱਗ ਜ਼ਰੂਰ ਬੰਨਣਗੇ। ਕਿਉਂ? ਕਿਉਂਕਿ ਇਹ ਸਿਰਫ 3 ਮਿੰਟ ਦਾ ਟ੍ਰਿਕ ਆ ਐਂਡ ਤੁਸੀਂ ਪੱਗ ਜਿਹੜੀ ਸ਼ੁਰੂਆਤ ਕਰ ਸਕਦੇ ਹੋ। ਜਿਹੜੇ ਮੇਰੇ ਵੀਰ 0 ਤੋਂ ਸ਼ੁਰੂਆਤ ਕਰਨਾ ਚਾਹੁੰਦੇ ਨੇ, ਉਹ ਅੱਜ ਇਸ ਵੀਡੀਓ ਨੂੰ ਦੇਖ ਕੇ ਦਸਤਾਰ ਸਜਾ ਪਾਣਗੇ। ਸੋ ਜਿਹੜੇ ਮੇਰੇ ਵੀਰ ਆਲਰੇਡੀ ਪੱਗ ਬੰਨ੍ਹਦੇ ਨੇ, ਹੋਰ ਵੀ ਵੀਰਾਂ ਨੂੰ ਮੋਟੀਵੇਟ ਕਰਨ ਲਈ, ਜੇ ਤੁਹਾਨੂੰ ਵੀਡੀਓ ਦਾ ਟ੍ਰਿਕ ਜਿਹੜਾ ਪਸੰਦ ਆਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ A1 ਟਰਬਨ ਸੈਂਟਰ ਦੇ ਅਫੀਸ਼ੀਅਲ ਯੂਟਿਊਬ ਚੈਨਲ ਦੇ ਵਿੱਚ, ਜਿਹੜਾ ਕਿ ਯੂਟਿਊਬ ਦਾ ਪਹਿਲਾ ਵੈਰੀਫਾਈਡ ਦਸਤਾਰ ਸਿਖਲਾਈ ਚੈਨਲ ਹੈ ਐਂਡ ਜਿੱਥੋਂ ਤੁਸੀਂ ਦਸਤਾਰਾਂ ਦੀਆਂ ਆਪਣੀਆਂ ਮਨਪਸੰਦੀ ਦੀਆਂ ਵੀਡੀਓਜ਼ ਦੇਖ ਕੇ ਆਪਣੀ ਦਸਤਾਰ ਦੇ ਸੁਧਾਰ ਕਰਦੇ ਰਹਿੰਦੇ ਹੋ। ਇੱਥੋਂ ਤੁਸੀਂ ਬੈਸਟ ਕੁਆਲਿਟੀ ਕੋਟਨ ਦਾ ਕੱਪੜਾ ਵੀ ਲੈ ਸਕਦੇ ਹੋ, ਜਿਹੜਾ ਕਿ ਗਰੰਟੀ ਵਾਲਾ ਹੁੰਦਾ ਐਂਡ ਡਬਲ ਵਾਸ਼ ਕੱਪੜਾ ਹੁੰਦਾ ਹੈ। ਡਬਲ ਵਾਸ਼ ਕਹਿਣ ਦਾ ਮਤਲਬ ਜਿਹਦੇ ਵਿੱਚ ਮਾਵਾ ਨਹੀਂ ਹੁੰਦਾ, ਮਣ ਨਹੀਂ ਹੁੰਦੀ, ਸਟਾਰਚ ਨਹੀਂ ਹੁੰਦਾ। ਇਹ ਕੱਪੜਾ ਤੁਸੀਂ ਬਿਨਾਂ ਧੋਤੇ ਹੀ ਫਸਟ ਟਾਈਮ ਬੰਨ ਸਕਦੇ ਹੋ ਐਂਡ ਇਹਨੂੰ ਤੁਸੀਂ ਆਰਡਰ ਕਰਨ ਲਈ ਜਾਣਾ ਆ shahipagturban.com ਅਤੇ turbancenter.com 'ਤੇ। ਜੇ ਤੁਸੀਂ ਐਂਡਰਾਇਡ ਮੋਬਾਈਲ ਯੂਜ਼ ਕਰਦੇ ਹੋ ਤਾਂ ਤੁਸੀਂ ਸਾਡੀ ਹੁਣ ਐਪਲੀਕੇਸ਼ਨ A1 ਟਰਬਨ ਸੈਂਟਰ ਨੂੰ ਗੂਗਲ ਪਲੇ ਸਟੋਰ ਤੋਂ ਡਾਇਰੈਕਟਲੀ ਆਰਡਰ ਕਰਕੇ ਪੱਗ ਦਾ ਆਰਡਰ ਆਪਣੇ ਘਰ ਤੱਕ ਮੰਗਵਾ ਸਕਦੇ ਹੋ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੇ ਮੇਰੇ ਵੀਰ ਇੰਡੀਆ ਤੋਂ ਬਾਹਰ ਰਹਿੰਦੇ ਨੇ, ਉਹਨਾਂ ਨੇ ਵੀ ਹੁਣ ਸਾਡੀ ਵੈਬਸਾਈਟ shahipagturban.com 'ਤੇ ਜਾ ਕੇ ਆਰਡਰ ਕਰਨਾ ਆ ਐਂਡ ਉੱਥੇ ਤੁਹਾਨੂੰ ਸਾਰੀ ਡਿਟੇਲ ਮਿਲ ਜਾਏਗੀ, ਪੇਮੈਂਟ ਵਗੈਰਾ ਵੀ ਉੱਥੇ ਹੀ ਹੋ ਜਾਏਗੀ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਅੱਗੇ ਚੱਲਦੇ ਹਾਂ ਆਪਣੀ ਅੱਜ ਵੀਡੀਓ ਵੱਲ, ਜਿਹਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਕਿ ਜਿਹੜੇ ਮੇਰੇ ਵੀਰ ਬਿਲਕੁਲ ਵੀ ਪੱਗ ਨਹੀਂ ਬੰਨ ਰਹੇ ਅਤੇ ਜਿਹੜੇ ਬੰਨ ਵੀ ਰਹੇ ਨੇ ਅਤੇ ਜਿਨ੍ਹਾਂ ਨੇ ਜਾਂ ਫਿਰ ਪੱਗ ਜਿਹੜੀ ਹੈ ਫਾਸਟ ਬਣਨੀ ਹੈ, ਉਹਨਾਂ ਸਮਝ ਨਹੀਂ ਆਉਂਦਾ ਕਿ ਪੱਗ 'ਤੇ ਮੇਰੇ ਟਾਈਮ ਕਿਉਂ ਲੱਗਦਾ ਹੈ, ਉਹਨਾਂ ਵਾਸਤੇ ਜਿਹੜੀ ਵੀਡੀਓ ਆ। ਕਹਿਣ ਦਾ ਮਤਲਬ ਟਰਬਨ ਫੋਰ ਬਿਗੇਨਰਸ, ਬਿਲਕੁਲ 0 ਤੋਂ ਪੱਗ ਕਿੱਦਾਂ ਸ਼ੁਰੂਆਤ ਕਰਨੀ ਹੈ ਅੱਜ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ। ਸੋ ਵੀਡੀਓ ਆਪਾਂ ਸੋਹਣੀ ਝਾਕੀ ਪਾਉਂਦੇ ਹਾਂ ਐਂਡ ਇਹਦੀ ਸ਼ੁਰੂਆਤ ਕਰਦੇ ਹਾਂ। ਸੋ ਤੁਸੀਂ ਵੀਡੀਓ ਦਾ ਟਾਈਟਲ ਜਿਹੜਾ ਪੜ੍ਹਿਆ ਹੈ ਉਹ ਇਹ ਹੈ ਕਿ ਪੱਗ ਦੀ ਸ਼ੁਰੂਆਤ ਕਰਨੀ ਕਿੱਦਾਂ ਆ। ਜਿਹੜੇ ਮੇਰੇ ਵੀਰ ਬਿਲਕੁਲ 0 ਤੋਂ ਸ਼ੁਰੂਆਤ ਕਰਨਾ ਚਾਹੁੰਦੇ ਨੇ, ਉਹਨਾਂ ਨੇ ਪੱਗ ਦੀ ਸ਼ੁਰੂਆਤ ਕਰਨੀ ਕਿੱਥੋਂ ਹੈ, ਉਹ 0 ਤੋਂ ਸ਼ੁਰੂਆਤ ਹੋਏਗੀ। ਅਸੀਂ ਕਾਫੀ ਵੀਡੀਓ 'ਚ ਦੱਸਿਆ ਹੈ ਪ੍ਰੋਫੈਸ਼ਨਲੀ ਕਿ ਅਸੀਂ ਪੱਗ ਦੇ ਵਿੱਚ 2 ਪਿੰਚ ਕਰਾਂਗੇ, ਸਫਾਈ ਕਰਾਂਗੇ, ਪੱਲੇ ਸਾਫ਼ ਕਰਕੇ ਮਿਣਤੀ ਚਲਾਵਾਂਗੇ, ਪਰ ਤੁਸੀਂ ਸ਼ੁਰੂਆਤ ਕਿੱਦਾਂ ਕਰਨੀ ਆ ਕਿਉਂਕਿ ਤੁਸੀਂ ਪਹਿਲੀ ਵਾਰ ਜ਼ਿੰਦਗੀ 'ਚ ਪੱਗ ਬੰਨ੍ਹੀ ਆ। ਠੀਕ ਹੈ, ਉਹਦੀ ਸ਼ੁਰੂਆਤ ਕਰਨ ਜਾਵਾਂਗੇ। ਪਹਿਲਾ ਪੱਲਾ ਤੁਸੀਂ ਆਪਣੇ ਖੱਬੇ ਹੱਥ ਵਿੱਚ ਫੜਨਾ, ਠੀਕ ਹੈ, ਤੁਹਾਡਾ ਲੈਫਟ ਏ ਹੈ, ਮੇਰਾ ਲੈਫਟ ਏ ਆ, ਇਹ ਯਾਦ ਰੱਖਣਾ, ਤੁਸੀਂ ਖੱਬੇ ਹੱਥ ਵਿੱਚ ਹੀ ਫੜਨਾ ਹਮੇਸ਼ਾ, ਪਿੱਛੋਂ ਸੈਂਟਰ 'ਚ ਸਿਰ ਦੇ ਸਾਈਡ ਤੋਂ ਇਹ ਰੂਲਸ ਹਮੇਸ਼ਾ ਰਹਿਣਗੇ, ਬਾਕੀ ਵੀਡੀਓ 'ਚ ਵੀ ਦੱਸੇ ਹੋਏ ਨੇ। ਪਹਿਲਾ ਲੜ ਤੁਸੀਂ ਡਬਲ ਕਰਕੇ ਲਾਉਣਾ ਆ, ਇਹ ਵੀ ਰੂਲ ਇੱਦਾਂ ਹੀ ਰਹੇਗਾ, ਠੀਕ ਹੈ ਜੀ, ਦੂਰਾ ਕਰਕੇ। ਐਂਡ ਇਹ ਜਿਹੜਾ ਰੂਲ ਹੈ, ਅੱਧਾ ਮੱਥਾ, ਅੱਧੀ ਅੱਖ, ਅੱਧੀ ਗੱਲ, ਅੱਧੇ ਕੰਨ 'ਤੇ, ਇਹ ਵੀ ਸੇਮ ਰਹੇਗਾ, ਠੀਕ ਹੈ ਜੀ। ਹੁਣ ਇਹ ਤੋਂ ਬਾਅਦ ਚੇਂਜ ਕੀ ਹੋਏਗਾ ਉਹ ਤੁਹਾਨੂੰ ਦੱਸ ਦਿੰਦੇ ਹਾਂ। ਚੇਂਜ ਹੋਏਗਾ ਕਿ ਤੁਸੀਂ ਸ਼ੁਰੂਆਤ ਜਿਹੜੀ ਕਰਨੀ ਹੈ ਰਾਈਟ ਤੋਂ, ਜਿਵੇਂ ਟੌਪ 'ਤੇ ਲਾਇਆ ਤਾਂ ਪਟਿਆਲਾ ਸ਼ਾਹੀ ਪੱਗ ਤੋਂ ਕਰਨੀ ਹੈ ਸ਼ੁਰੂਆਤ, ਠੀਕ ਹੈ ਜੀ। ਈਜ਼ੀਐਸਟ, ਕੁਇਕੈਸਟ ਟਰਮਨ, ਸਭ ਤੋਂ ਸੌਖਾ ਤਰੀਕਾ, ਸੱਜੇ ਪਾਸੇ ਲੜ ਥੱਲੇ ਅਤੇ ਖੱਬਿਓਂ ਉੱਪਰ, ਸਿੰਪਲ ਜਿਹਾ, 1 ਪਿੰਚ ਲਾਇਆ ਛੱਡਤਾ, ਠੀਕ ਹੈ ਜੀ, ਜਸਟ 1 ਪਿੰਚ, ਤੁਸੀਂ ਹਜੇ 2 ਪਿੰਚ ਨਹੀਂ ਲਾਉਣੇ, ਠੀਕ ਹੈ ਜੀ, 1 ਪਿੰਚ ਲਾਇਆ ਛੱਡਤਾ। ਇਹ ਬਾਅਦ 'ਚ ਜਿਹੜੀ ਸਫਾਈ ਵਗੈਰਾ ਕੁਛ ਵੀ ਹੋਏਗਾ ਅੱਗੇ ਆਪਣੇ ਆਪ ਜਿਹੜਾ ਚੱਲ ਪਏਗਾ। ਨੈਕਸਟ ਆਪਾਂ ਪੱਲਾ ਲਾਇਆ ਦੂਜਾ, ਅਤੇ ਘੁੰਮਣਾ ਜਿਹੜਾ ਆ ਜ਼ਰੂਰੀ ਆ,
ਹੁਣ ਖੱਬੇ ਪਾਸੇ ਲੜਨ ਆਏ ਨੇ ਤਾਂ ਤੁਸੀਂ ਸੱਜੇ ਪਾਸੇ ਨੂੰ ਘੁੰਮਣਾ, ਠੀਕ ਹੈ, ਇਸ ਪੱਲੇ ਤੋਂ ਉਲਟ ਘੁੰਮਣਾ, ਠੀਕ ਹੈ, ਓਪੋਜ਼ਿਟ ਆਓ ਜੀ। ਫਸਟ ਪੱਲਾ ਲੱਗ ਗਿਆ, ਦੂਜਾ ਲੱਗ ਗਿਆ, ਹੁਣ ਆ ਗਏ ਜੀ ਆਪਾਂ ਤੀਜੇ ਪੱਲੇ ਵੱਲ। ਇਹ ਤਰੀਕਾ ਅਸੀਂ ਦਸਤਾਰ ਮੁਕਾਬਲੇ ਵਿੱਚ ਵੀ ਯੂਜ਼ ਕਰਦੇ ਹਾਂ ਹਮੇਸ਼ਾ। ਇਹ ਪੁਰਾਣੀ ਵੀਡੀਓ ਪਾਈ ਸੀ ਪਰ ਉਹਦੇ ਵਿੱਚ ਕੁਛ ਕਲੀਅਰ ਗੱਲਾਂ ਨਹੀਂ ਦੱਸੀਆਂ ਗਈਆਂ। ਟੌਪ 'ਤੇ ਲਾਇਆ, ਉਹਦੇ 'ਚ ਸਟਾਈਲ ਬਾਰੇ ਨਹੀਂ ਦੱਸਿਆ ਗਿਆ ਕਿ ਸਟਾਈਲ ਤੁਸੀਂ ਕਿਹੜਾ ਯੂਜ਼ ਕਰਨਾ ਹੈ। ਬਸ ਉਹ 'ਚ ਦਸਤਾਰ ਜਿਹੜੀ ਫਾਸਟ ਬਣ ਕੇ ਦਿਖਾ ਦਿੱਤੀ ਗਈ ਸੀ, ਸਮਝਾ ਦਿੱਤੀ ਗਈ ਸੀ, ਬਟ ਇਹ ਨਹੀਂ ਸੀ ਦੱਸਿਆ ਗਿਆ ਕਿ ਪਟਿਆਲਾ ਸ਼ਾਹੀ ਪੱਗ ਜਾਂ ਕਹਿ ਲਓ ਕਿ ਸੈਮੀ ਪਟਿਆਲਾ ਸ਼ਾਹੀ ਪੱਗ ਕਿਉਂ ਸ਼ੁਰੂਆਤ ਉੱਥੋਂ ਕਰੀ ਦੀ ਆ, ਰਾਈਟ ਸਾਈਡ ਤੋਂ ਲੜ ਥੱਲੇ ਅਤੇ ਲੈਫਟ ਤੋਂ ਉੱਪਰ। ਚਲੋ ਜੀ ਅੱਗੇ ਅਗਲਾ ਪੱਲਾ। ਤੁਸੀਂ ਨੋਟਿਸ ਕਰੋਗੇ ਕਿ ਮੈਂ ਪੱਲੇ ਦੀ ਜਿਹੜੀ ਚੌੜਾਈ ਆ ਉਹ ਬਰਕਰਾਰ ਰੱਖ ਰਿਹਾ ਨਾਲ ਨਾਲ, ਉਹ ਜ਼ਰੂਰੀ ਹੈ ਕਿਉਂਕਿ ਇਹ ਪੱਲੇ ਸਪੋਰਟ ਬਣਨਗੇ, ਇਹ ਵਾਲ ਬਣਨੀ ਇੱਥੇ। ਆਓ ਜੀ ਅਗਲਾ ਪੱਲਾ, ਚੌਥਾ ਲੜ, ਠੀਕ ਹੈ ਜੀ। ਚੌਥਾ ਪੱਲਾ ਜਾਂ ਲੜ ਜੋ ਮਰਜ਼ੀ ਕਹਿ ਸਕਦੇ ਹੋ, ਆਪਣੇ ਮਾਝੇ ਇਲਾਕੇ ਦੇ ਵਿੱਚ ਕਹਿੰਦੇ ਨੇ ਪੱਲਾ ਅਤੇ ਮਲਵਈ ਇਲਾਕੇ ਦੇ ਵਿੱਚ ਲੜ ਵੀ ਕਹਿੰਦੇ ਆ, ਠੀਕ ਹੈ ਜੀ। ਟੌਪ 'ਤੇ ਪਹਿਲਾ, ਦੂਜਾ, ਤੀਜਾ ਥੱਲੇ ਆ ਜਾਏਗਾ। ਬਸ ਤੁਸੀਂ ਇਹ ਧਿਆਨ ਰੱਖਣਾ ਕਿ ਸਟੈਪ ਬਾਏ ਸਟੈਪ 'ਤੇ ਥੱਲੇ ਆਈ ਜਾਣਾ, ਪਰ ਇੰਨਾ ਜ਼ਿਆਦਾ ਥੱਲੇ ਨਹੀਂ ਆਉਣਾ ਕਿ ਇਹ ਪੱਗ ਬਿਲਕੁਲ ਨੀਚੇ ਗਿਰ ਜੇ। ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ਇੱਥੇ ਨੇੜੇ ਨੇੜੇ ਲੜ ਇੰਨੇ ਸਾਫ਼ ਵੀ ਨਹੀਂ ਹੈਗੇ, ਐਂਡ ਚੌਥੇ ਲੜ ਦਾ ਪਿੰਚ ਬਿਲਕੁਲ ਨੋਜ਼ ਦੇ ਸੈਂਟਰ 'ਤੇ ਸਿੱਧਾ ਲਾ ਕੇ ਲੈ ਜਾਣਾ, ਠੀਕ ਹੈ ਜੀ। ਕੋਈ ਜ਼ਿਆਦਾ ਸਫਾਈ ਦੀ ਟੈਨਸ਼ਨ ਨਹੀਂ ਲੈਣੀ ਕਿ ਮੇਰਾ ਪੱਲਾ ਸਾਫ਼ ਨਹੀਂ ਹੋਇਆ, ਠੀਕ ਹੈ ਜੀ, ਬਣਿਆ ਨਹੀਂ ਹੈ ਸਹੀ ਤਰੀਕੇ ਨਾਲ। ਲਓ ਜੀ ਇਹ ਚੌਥਾ, ਪਹਿਲਾ, ਦੂਜਾ, ਤੀਜਾ, ਚੌਥਾ, ਚੜ੍ਹਾਈ ਬਰਕਰਾਰ। ਸਿਰਫ ਤੁਸੀਂ ਇਸ ਚੀਜ਼ ਦੀ ਟੈਨਸ਼ਨ ਲੈਣੀ ਹੈ ਕਿ ਉੱਪਰਲੇ ਪਾਸੇ ਜਿਹੜੇ ਲੜਨੇ ਉਹ ਗਿਰਨੇ ਨਹੀਂ ਚਾਹੀਦੇ, ਪਿੱਛੇ ਨੂੰ ਡਿੱਗਣੇ ਨਹੀਂ ਚਾਹੀਦੇ, ਪਰ ਪਿੰਚ ਇੱਦਾਂ ਹੀ ਕਰਨਾ। ਪਿੰਚ ਦਾ ਤਰੀਕਾ ਬਹੁਤ ਹੀ ਜ਼ਰੂਰੀ ਹੈ ਧਿਆਨ 'ਚ ਰੱਖਣਾ ਕਿ ਜਿਹੜਾ ਅਸੀਂ ਵਰਡ ਯੂਜ਼ ਕਰ ਰਹੇ ਹਾਂ ਚੁੰਡੀ ਵਾਲਾ, ਚੁੰਡੀ ਦਾ ਨਾਮ ਰੱਖਣਾ ਇਹਦਾ ਰੀਜ਼ਨ ਹੈ ਇੱਕ ਕਿ ਚੁੰਡੀ ਕਿਉਂ ਕਹਿੰਦੇ ਇਹਨੂੰ। ਦੇਖੋ ਹੁਣ ਚੁੰਡੀ ਵਰਡ ਅਸੀਂ ਯੂਜ਼ ਕਰਦੇ ਹਾਂ, ਇਹ ਆਮ ਹੀ ਇੱਕ ਪੰਜਾਬੀ ਵਰਡ ਆ ਜਿਹਨੂੰ ਕਹਿੰਦੇ ਚੁੰਡੀ, ਠੀਕ ਹੈ। ਉਹ ਚੁੰਡੀ ਜਿਹੜੀ ਛੋਟੀ ਜਿਹੀ ਹੁੰਦੀ ਆ, ਆਪਾਂ ਜਿਹਨੂੰ ਹਲਕਾ ਜਿਹਾ ਕਨਵਰਟ ਕਰ ਦਈਏ ਤਾਂ ਉਹ ਸੀ ਤੋਂ ਉਹ ਬਣਦਾ, ਅਤੇ ਇਹ ਵੀ ਚੁੰਡੀ ਆ, ਅਤੇ ਇਹ ਪੱਗ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਲਾਉਣੀ ਆ। ਇਹ ਉਂਗਲਾਂ ਤੁਹਾਡੇ ਲੜ ਦੇ ਵਿੱਚੋਂ ਆਰ ਪਾਰ ਹੋਣੀ ਚਾਹੀਦੀਆਂ ਨੇ। ਬਹੁਤ ਰਫ ਦਸਤਾਰ ਬਣਨੀ, ਪਹਿਲਾਂ ਸਿੰਪਲ ਜੀ ਦਸਤਾਰ ਬਣਨੀ ਹੈ ਜਿੰਨੀ ਤੁਹਾਡੇ ਕੋਲ ਸਜਾਈ ਜਾਵੇ। ਲਓ ਜੀ ਪੱਲਾ ਖਿੱਚਿਆ, ਨੋ ਦਾ ਸੈਂਟਰ, ਲੈਫਟ ਤੋਂ ਉੱਚਾ ਲੈ ਗਏ, ਪੰਜਵਾਂ ਪੱਲਾ, ਹੁਣ ਅਖੀਰਲਾ ਲੜ। ਲਗਾਇਆ ਟੌਪ 'ਤੇ, ਥੱਲੇ ਖਿੱਚਿਆ, ਕਿਉਂਕਿ ਜੇ ਤੁਸੀਂ ਅਖੀਰਲਾ ਪੱਲਾ ਸਹੀ ਤਰੀਕੇ ਨਾਲ ਬਣਾ ਕੇ ਲਾਓਗੇ ਆਪਣੇ ਆਪ ਸਾਫ਼ ਹੋ ਜਾਏਗਾ, ਹੈਂ
ਐਂਡ ਦੈਟਸ ਇਟ। ਉੱਪਰੋਂ ਫੋਲਡ, ਥੱਲਿਓਂ ਸੈੱਟ, ਸੈਂਟਰ ਜ਼ਰੂਰੀ, ਸੈਂਟਰ ਬਹੁਤ ਜ਼ਰੂਰੀ। ਲਓ ਜੀ, ਹੁਣ ਮੇਨ ਗੱਲ ਆ ਕਿ ਇਹ ਦਸਤਾਰ ਦੀ ਜਿਹੜੀ ਲੁੱਕ ਆ ਉਹ ਸੈੱਟ ਹੋਏਗੀ ਕਿੱਦਾਂ। ਪਹਿਲੀ ਗੱਲ ਤਾਂ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿ ਇਹ ਦਸਤਾਰ ਰਫ ਆ ਜਾਂ ਇਹਦੀ ਲੁੱਕ ਕਿੱਦਾਂ ਸੈੱਟ ਹੋਏਗੀ। ਇਹ ਆਲਰੇਡੀ ਸੈਟਿੰਗ ਦੇ ਵਿੱਚ ਹੁੰਦੀ ਆ, ਸਿਰਫ ਤੁਸੀਂ ਇਹਦੇ 'ਚ ਹੱਥ ਮਾਰਨੇ ਨੇ, ਜਿਹੜੇ ਜਿਹੜੇ ਲੜਨੇ ਸਾਰਿਆਂ ਦੇ ਵਿੱਚ ਉਂਗਲਾਂ ਫੇਰ ਕੇ ਸਾਫ਼ ਕਰ ਦੇਣਾ। ਠੀਕ ਹੈ ਜੀ, ਲਓ ਜੀ, ਸੈਂਟਰ ਦੇਖਿਆ, ਇਹ ਤੁਸੀਂ ਦੇਖ ਰਹੇ ਹੋਣੇ ਹੋ ਕਿ ਇੱਥੇ ਮੈਂ ਕੀ ਕਰ ਰਿਹਾ, ਜਿਹੜੇ ਵੀ ਲੜਨੇ ਸਾਰਿਆਂ ਨੂੰ ਡਿਵਾਈਡ ਕਰ ਰਿਹਾ, ਬਸ ਹੋਰ ਕੁਛ ਨਹੀਂ। ਠੀਕ ਹੈ ਜੀ, ਕੁਛ ਸਪੈਸ਼ਲ ਟੱਚ ਨਹੀਂ, ਸਿਰਫ ਉਹਨਾਂ ਡਿਵਾਈਡ ਕਰ ਰਿਹਾ। ਹੁਣ ਜੇ ਤੁਸੀਂ ਚਾਹੋ ਇੱਥੇ ਤੁਸੀਂ ਅਕੀਲਾ ਪੱਲਾ ਲਾ ਕੇ ਇਹਨੂੰ ਐਂਡ ਕਰ ਸਕਦੇ ਹੋ, ਕੋਈ ਸਫਾਈ ਦੇਣ ਦੀ ਲੋੜ ਨਹੀਂ ਹੈ। ਉਹ ਮੈਂ ਤੁਹਾਨੂੰ ਕਰਕੇ ਵੀ ਦਿਖਾ ਦਿੰਦਾ, ਇਹ ਸਿਰਫ ਗੱਲਾਂ ਨਹੀਂ ਹੈ, ਇਹ ਪ੍ਰੈਕਟੀਕਲ ਲਾਈਫ ਦੇ ਵਿੱਚ ਤੁਹਾਨੂੰ ਕਰਕੇ ਦਿਖਾਈਦਾ ਆ। ਕਿਉਂ? ਕਿਉਂਕਿ ਤੁਹਾਨੂੰ ਇਹਦੀਆਂ ਪੋਸੀਬਿਲਿਟੀਜ਼ ਪਤਾ ਲੱਗਣੀਆਂ ਚਾਹੀਦੀਆਂ ਨੇ ਕਿ ਤੁਸੀਂ ਕਰ ਕੀ ਰਹੇ ਹੋ। ਠੀਕ ਹੈ ਜੀ, ਜੋ ਤੁਸੀਂ ਕਰ ਰਹੇ ਹੋ ਸਹੀ ਕਰ ਰਹੇ ਹੋ, ਗਲਤੀਆਂ ਵੀ ਹੋਣਗੀਆਂ, ਪੱਲੇ ਉੱਪਰ ਥੱਲੇ ਵੀ ਹੋਣਗੇ, ਜ਼ਰੂਰੀ ਨਹੀਂ ਕਿ ਸਾਰੇ ਲੜ ਬਰਾਬਰ ਹੋਣਗੇ। ਠੀਕ ਹੈ ਜੀ, ਇਹ ਫਸਟ ਟਾਈਮ ਦਸਤਾਰ ਜਿਹੜੀ ਸਜਣੀ ਹੁੰਦੀ ਨਾ, ਉਹ ਇਸ ਤਰੀਕੇ ਨਾਲ ਸਜਣੀ ਹੁੰਦੀ ਆ। ਲਓ ਜੀ, ਇਹ ਕੋਰਨਰ ਖਿੱਚਿਆ, ਇਹ ਅੱਜ ਫੜਨਾ ਜ਼ਰੂਰੀ ਆ। ਉਸ ਤੋਂ ਬਾਅਦ ਤੁਸੀਂ ਅਖੀਲਾ ਪੱਲਾ ਇੱਦਾਂ ਹੀ ਐਜ਼ ਇਟ ਇਜ਼ ਲਾ ਦੇਣਾ, ਹੋਰ ਕੁਛ ਨਹੀਂ ਕਰਨਾ। ਠੀਕ ਹੈ, ਕੁਛ ਨਹੀਂ ਕਰਨਾ ਇੱਥੋਂ, ਬਸ ਹਲਕਾ ਨੈਰੋ ਕਰਨਾ ਹੋਵੇ ਥੋੜ੍ਹਾ ਛੋਟਾ ਕਰ ਲਓ, ਫੋਲਡ ਕਰ ਦਿਓ ਇਹਨੂੰ। ਠੀਕ ਹੈ ਜੀ, ਉਹ ਤੁਹਾਡੀ ਇੱਛਾ ਆ, ਤੁਹਾਡੇ ਮਨ ਮੁਤਾਬਿਕ ਆ। ਇਹ ਚੀਜ਼ ਇੱਕ ਅਸੀਂ ਯੂਜ਼ ਕਰਦੇ ਹੁੰਦੇ ਕਿ ਜੇ ਤੁਸੀਂ ਮੋਟਾ ਪੱਲਾ ਕਰੋਗੇ ਤਾਂ ਤੁਹਾਡੀਆਂ ਐਨਕਾਂ ਉਨਕਾਂ ਵਧੀਆ ਲੱਗ ਜਾਂਦੀਆਂ ਨੇ। ਉਹ ਮੈਂ ਟੱਚ ਦੇਣ ਲਈ ਪ੍ਰੈਫਰ ਕਰੂੰਗਾ ਹਰ ਇੱਕ ਜਣੇ ਨੂੰ, ਚਾਹੇ ਉਹ ਮੇਰਾ ਵੀਰ ਪੁਰਾਣੀ ਪੱਗ ਬੰਨਦਾ ਹੈ, ਚਾਹੇ ਉਹ ਬਿਲਕੁਲ ਬਿਗੇਨਰ ਹੈ। ਉਹਨਾਂ ਵਾਸਤੇ ਇਹ ਰੂਲ ਜਿਹੜਾ ਅਸੀਂ ਸੋਚਦੇ ਹਾਂ ਕਿ ਜ਼ਰੂਰ ਯੂਜ਼ ਕਰੋਗੇ ਤਾਂ ਤੁਹਾਨੂੰ ਕੰਮ ਆਏਗਾ। ਲਓ ਜੀ, ਸਿੰਪਲ ਜੀ ਪੱਗ ਹੈ, ਰਫ ਜਿਹਾ ਸਟਾਈਲ, ਪਟਿਆਲਾ ਸ਼ੈਲੀ ਲੁੱਕ ਦੇ ਵਿੱਚ, ਨਾ ਜ਼ਿਆਦਾ ਲੜ ਸਾਫ਼। ਤੁਸੀਂ ਐਜ਼ ਇਟ ਇਜ਼ ਨੂੰ ਰੱਖ ਸਕਦੇ ਹੋ, ਇੱਦਾਂ ਬੰਨ ਕੇ ਕੁੜਤਾ ਪਜਾਮਾ ਪਾ ਕੇ ਕਿਤੇ ਵੀ ਜਾਓ, ਕੋਈ ਇਸ਼ੂ ਨਹੀਂ। ਠੀਕ ਹੈ, ਪਰ ਸਾਡਾ ਫਰਜ਼ ਹੈ ਤੁਹਾਨੂੰ ਸਫਾਈ ਕਰਨੀ ਸਿਖਾਉਣੀ ਹੈ, ਉਹ ਸਿਖਾਵਾਂਗੇ ਵੀ। ਸਿਰ ਢੱਕਣ ਲਈ ਪ੍ਰੋਪਰ ਪੂਰਾ ਪੱਲਾ ਖੋਲ੍ਹਣਾ ਹੈ, ਪੱਗ ਨਾਲ ਥੋੜ੍ਹਾ ਵੱਧ, ਪਿਛਲਾ ਪੱਲਾ ਖਿੱਚ ਕੇ ਥੋੜ੍ਹਾ ਥੋੜ੍ਹਾ ਟਾਈਟ ਕਰਨਾ, ਜ਼ਿਆਦਾ ਨਹੀਂ। ਠੀਕ ਹੈ, ਉਸ ਤੋਂ ਬਾਅਦ ਇਹਦਾ ਜਿਹੜਾ ਪਹਿਲਾ ਪੱਲਾ ਲਾਇਆ ਸੀ ਉਹਦੇ ਵਿੱਚ ਪਾਉਣਾ ਹੈ। ਖੱਬੇ ਹੱਥ ਨਾਲ, ਸੱਜੇ ਹੱਥ ਨਾਲ ਚੁੱਕਾਂਗੇ, ਨਾਲ ਦੇ ਨਾਲ ਫਿੱਟ ਕਰਤਾ, ਪ੍ਰੋਪਰਲੀ ਫਿੱਟ ਹੋ ਗਿਆ। ਉਸ ਤੋਂ ਬਾਅਦ ਬੈਕ ਸਾਈਡ ਤੋਂ ਇੱਧਰ ਵਾਪਸ ਆਉਂਦੇ ਹੋਏ ਨਾਲ ਨਾਲ ਆਪਣਾ ਜਿਹੜਾ ਪੱਲਾ ਫੜ ਕੇ ਵਿੱਚ ਪਾਈ ਜਾਣਾ। ਲਓ ਜੀ, ਇਸ ਤਰੀਕੇ ਨਾਲ ਸਿਰ ਜਿਹੜਾ ਆਪਣਾ ਬਹੁਤ ਸੋਹਣੇ ਤਰੀਕੇ ਨਾਲ ਢਕਿਆ ਜਾਂਦਾ ਆ। ਇਸ ਤੋਂ ਬਾਅਦ ਜਿਹੜੀਆਂ ਇੰਪਰੂਵਮੈਂਟ ਕਰਨੀਆਂ ਨਾ,
ਉਹ ਕੁਛ ਸਿਲਾਈਆਂ ਨੇ ਯੂਜ਼ ਕਰਨੀਆਂ ਨੇ, ਦੋ ਵਾਰੀ ਪਿੰਚ ਕਰਨੇ ਨੇ, ਕੁਛ ਵੀ ਕਰਨਾ ਆ, ਠੀਕ ਹੈ। ਇਹ ਤੋਂ ਬਾਅਦ ਦਾ ਕੰਮ ਆ ਉਹ, ਪਰ ਪਹਿਲਾਂ ਤੁਹਾਨੂੰ ਇੱਕ ਪਿੰਚ ਕਰਨਾ ਆਉਣਾ ਚਾਹੀਦਾ ਆ ਕਿ ਪੱਗ ਦੇ ਵਿੱਚ ਇੱਕ ਪਿੰਚ ਦੀ ਕੀ ਵੈਲਿਊ ਆ, ਠੀਕ ਹੈ ਨਾ। ਲਓ ਜੀ, ਲਾਇਆ ਇਹਨੂੰ ਟੋਪ 'ਤੇ, ਲੈ ਗਏ ਪਿੱਛੇ, ਫਿੱਟ ਕਰਤਾ ਸੈਂਟਰ 'ਚ, ਅਤੇ ਬਾਕੀ ਸਾਰਾ ਲੈਫਟ ਸਾਈਡ 'ਤੇ। ਹਾਂਜੀ, ਹੁਣ ਕਹਿਣ ਨੂੰ ਕੀ ਕਹਿਣਾ ਹੈ, ਤੁਸੀਂ ਇੱਦਾਂ ਹੀ ਇਸ ਦਸਤਾਰ ਨੂੰ ਰਹਿਣ ਦੇ ਸਕਦੇ। ਹੁਣ ਇਹ ਪੋਜੀਸ਼ਨ ਬਿਲਕੁਲ ਡਨ ਆ, ਫਾਈਨਲ ਹੈ, ਪ੍ਰੋਪਰ ਪੱਗ ਗਿਆ, ਇਹਨੂੰ ਬਣ ਕੇ ਤੁਸੀਂ ਕਿਤੇ ਵੀ ਜਾ ਸਕਦੇ ਹੋ। ਬਟ ਹੁਣ ਇਸ ਤੋਂ ਬਾਅਦ ਇੰਪਰੂਵਮੈਂਟ ਕੀ ਕਰਨੀ ਆ, ਉਹ ਹੈਗੀ ਸਿਲਾਈ, ਠੀਕ ਹੈ। ਸਿਲਾਈ ਫੜਨੀ ਬਹੁਤ ਜ਼ਰੂਰੀ ਹੈ, ਇਹ ਜਿਹੜੇ ਮੇਰੇ ਵੀਰ ਬਿਗੇਨਰ ਦੇ ਧਿਆਨ ਨਾਲ ਸੁਣ ਲਓ, ਸਿਲਾਈ ਨੂੰ ਫੜਨ ਦੀ ਟੈਕਨੀਕ ਹੁੰਦੀ ਹੈ, ਇਹ ਨਹੀਂ ਕਿ ਤੁਸੀਂ ਬਾਜ ਦਾ ਮੁੱਠੀ ਉਂਗਲੀ ਵਿੱਚ ਫੜ ਕੇ, ਠੀਕ ਹੈ, ਬੜੀ ਭੱਜ ਨਾ ਜਾਵੇ ਕਿਤੇ, ਇੱਦਾਂ ਨਹੀਂ ਫੜਨਾ, ਠੀਕ ਹੈ। ਸਿਲਾਈ ਨੂੰ ਉਂਗਲੀਆਂ ਨਾਲ ਫੜਨਾ, ਤਿੰਨ ਉਂਗਲੀਆਂ ਨਾਲ ਅੰਗੂਠਾ ਥੱਲੇ, ਅਤੇ ਇੱਦਾਂ ਮੋਸ਼ਨ 'ਚ ਰਹਿਣਾ ਚਾਹੀਦਾ ਬਾਜ। ਉਸ ਤੋਂ ਬਾਅਦ ਪਹਿਲੇ ਲੜ 'ਤੇ ਹੱਥ ਰੱਖਾਂਗੇ ਉੱਪਰਲੇ ਪਾਸੇ, ਛੇਵੇਂ ਲੜ 'ਤੇ, ਅਤੇ ਇਹਦੇ ਪੱਲੇ ਦੇ ਵਿੱਚ ਪਾਵਾਂਗੇ, ਅਤੇ ਹਲਕਾ ਟੱਚ ਦੇਣਾ ਨੂੰ, ਜੇ ਧਿਆਨ ਨਾਲ ਦੇਖੋਗੇ ਉਹ ਬਿਲਕੁਲ ਸਾਫ਼ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਪੰਜਵੇਂ ਲੜ ਨੂੰ ਜੋ ਵੀ ਕੁਛ ਦੀਆਂ ਇੰਪਿਓਰਿਟੀਜ਼ ਹੋਣਗੀਆਂ, ਠੀਕ ਹੈ ਜੀ, ਉਹ ਆਪਣਾ ਨਿਕਲ ਜਾਣਗੀਆਂ, ਅਤੇ ਹਲਕੇ ਹਲਕੇ ਦੇਣੇ ਆ ਜਿਹੜੇ ਟੱਚ ਜਿਹੜੇ ਦੇ ਵਿੱਚ ਚੌਥੇ ਨੂੰ, ਠੀਕ ਹੈ ਜੀ। ਉਸ ਤੋਂ ਬਾਅਦ ਤੀਜਾ, ਦੂਜਾ, ਹਾਂ, ਇੰਨਾ ਹੈ ਕਿ ਜੋ ਤੁਸੀਂ ਸਿਲਾਈ ਯੂਜ਼ ਕਰੋਗੇ ਨਾ, ਤਾਂ ਸਿਲਾਈ ਤੁਸੀਂ ਬਿਲਕੁਲ ਸਟਾਰਟਿੰਗ 'ਤੇ ਸ਼ੁਰੂ ਕਰਨੀ ਹੈ, ਜਾਂ ਫਿਰ ਸੈਂਟਰ ਸ਼ੁਰੂ ਕਰਕੇ ਸਟਾਰਟਿੰਗ 'ਤੇ ਵਾਪਸ ਲੈ ਜਾਣੀ ਹੈ, ਪੂਰਾ ਅੰਦਰ ਤੱਕ ਇਹ ਲੜ ਜਿਹੜਾ ਹੈ ਅੰਦਰ ਫਿੱਟ ਹੋਣਾ ਚਾਹੀਦਾ ਆ। ਦਰਅਸਲ ਇਹਦੇ ਨਾਲ ਅਸੀਂ ਦੂਜਾ ਪਿੰਚ ਕਰਦੇ ਹਾਂ, ਸਿੱਧੀ ਜੀ ਗੱਲ ਆ, ਠੀਕ ਹੈ ਜੀ। ਇਹ ਦੂਜਾ ਪਿੰਚ ਹੀ ਹੁੰਦਾ, ਅਤੇ ਸਿਲਾਈ ਦੇ ਨਾਲ ਤੁਸੀਂ ਬਹੁਤ ਸੋਹਣਾ ਤਰੀਕੇ ਨਾਲ ਕਰ ਸਕਦੇ ਹੋ, ਇਹ ਇੱਕ ਹੈਲਪਰ ਆ, ਅਤੇ ਇਹ ਕੰਮ ਜਿਹੜਾ ਤੁਹਾਡੇ ਬਿਗੇਨਰ ਲੈਵਲ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਊਗਾ, ਠੀਕ ਹੈ ਜੀ। ਅਤੇ ਇਹ ਸਿਲਾਈ ਦਾ ਜਿਹੜਾ ਯੂਜ਼ ਆ ਤੁਹਾਡੇ ਬਿਗੇਨਰ ਲੈਵਲ 'ਤੇ ਬਹੁਤ ਜ਼ਿਆਦਾ ਕੰਮ ਆਏਗਾ, ਠੀਕ ਹੈ ਜੀ। ਤੁਹਾਡੇ ਕੋਲ ਫਿੰਗਰਸ ਵਗੈਰਾ ਨਹੀਂ ਚੱਲਣਗੀਆਂ, ਠੀਕ ਹੈ ਜੀ। ਉਸ ਕਰਕੇ ਸਿਲਾਈ ਜਿਹੜੀ ਆ ਉਹ ਬਹੁਤ ਹੀ ਹੈਲਪਫੁੱਲ ਹੁੰਦੀ ਆ ਸਫਾਈ ਕਰਨ ਵਾਸਤੇ, ਤਾਂ ਕਿ ਤੁਸੀਂ ਪੱਗ ਬੰਨ ਕੇ ਕਿਤੇ ਵੀ ਜਾ ਸਕੋ। ਲਓ ਜੀ, ਗੁਰੂ ਸਾਹਿਬ ਦੀ ਕਿਰਪਾ ਨਾਲ ਦਸਤਾਰ ਆਪਣੀ ਰੈਡੀ ਹੈ। ਹੁਣ ਇਹ ਹੈਗੀ ਆ ਪ੍ਰੋਪਰ ਜਿਹੜੀ ਪੱਗ ਜੋ ਤੁਸੀਂ ਸਟਾਰਟਿੰਗ ਦੇ ਵਿੱਚ ਬੰਨਣੀ ਆ, ਬਿਲਕੁਲ ਜ਼ੀਰੋ ਲੈਵਲ ਤੋਂ, ਠੀਕ ਹੈ ਜੀ। ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ, ਕਰ ਸਕਦਾ ਕੋਈ ਨਾ, ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਪਹਿਲੀ ਵਾਰੀ ਬੰਨੀ ਕਿ ਦੂਜੀ ਵਾਰੀ ਬੰਨੀ ਆ, ਕੁਛ ਨਹੀਂ ਪਤਾ ਲੱਗਣਾ। ਉਹ ਸਿਰਫ ਤੁਹਾਨੂੰ ਪਤਾ ਕਿ ਤੁਸੀਂ ਇਹ 'ਚ ਕਿਹੜਾ ਰੂਲ ਜਿਹੜਾ ਯੂਜ਼ ਕੀਤਾ ਹੈ। ਸਿਰਫ ਚੁੜਾਈ ਦੇ ਵਿੱਚ ਪੱਲੇ ਲਾਉਣੇ ਨੇ, ਇੱਕ ਪਿੰਚ ਲਾ ਕੇ ਰੱਖ ਦੇਣਾ, ਦੂਜਾ ਲਾ ਕੇ ਰੱਖ ਦੇਣਾ, ਬਾਅਦ 'ਚੋਂ ਐਂਡ 'ਤੇ ਜਦੋਂ ਤੁਸੀਂ ਦਸਤਾਰ ਫਾਈਨਲ ਕਰ ਦੇਣੀ ਆ, ਸਿਲਾਈ ਦੇ ਨਾਲ ਹਲਕੇ ਹਲਕੇ ਜਿਹੜੇ ਉਹ ਮੋਸ਼ਨ ਦੇ ਕੇ ਲੜ ਸਾਫ਼ ਕਰ ਦੇਣੇ ਨੇ। ਇੰਨਾ ਕੀ ਕੰਮ ਹੁੰਦਾ, ਐਂਡ ਤੁਹਾਡੇ ਆਪਣੇ ਬਲੱਡ ਵਿੱਚ ਆ, ਯਾਦ ਰੱਖਣਾ, ਜਿਹੜੇ ਮੇਰੇ ਵੀਰ ਪੰਜਾਬੀ ਵੀਰ ਪੱਗ ਸਿੱਖਦੇ ਨੇ, ਤੁਸੀਂ ਆਪਣੇ ਫਾਦਰ ਸਾਹਿਬ ਨੂੰ, ਬ੍ਰਦਰ ਨੂੰ, ਵੱਡੇ ਵੀਰ ਨੂੰ, ਛੋਟੇ ਵੀਰ ਨੂੰ, ਕਿਸੇ ਨਾ ਕਿਸੇ ਨੇ ਜਾਣੇ ਨੂੰ ਜ਼ਰੂਰ ਦੇਖਿਆ ਹੋਇਆ ਕਿ ਉਹ ਵੀ ਉਹ ਪੱਗ ਬੰਨਦਾ ਆ, ਠੀਕ ਹੈ ਨਾ। ਅਤੇ ਉਹ ਆਪਣੇ ਬਲੱਡ ਦੇ ਵਿੱਚ ਹੀ ਚੀਜ਼ ਹੁੰਦੀ ਆ, ਸਿਰਫ ਤੁਸੀਂ ਉਹਨੂੰ ਸਟਾਰਟ ਕਰਕੇ ਆਪਣੇ ਨੂੰ ਪੰਪ ਅਪ ਕਰਨਾ ਹੈ, ਬੂਸਟ ਕਰਨਾ ਹੈ, ਹੋਰ ਕੁਛ ਨਹੀਂ ਕਰਨਾ। ਜੇ ਤੁਹਾਨੂੰ ਇਹ ਸਾਡੀ ਵੀਡੀਓ ਦਾ ਤਰੀਕਾ ਇਹ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਹੋਰ ਹੀ ਵੀਰਾਂ ਨੂੰ ਕਹਿੰਦਾ ਵੀ ਦੱਸਿਓ ਕਿ ਹਾਂ ਵੀ ਜੇ ਤੂੰ ਵੀਰ ਸ਼ੁਰੂਆਤ ਕਰਨੀ ਹੈ ਤਾਂ ਇਹ ਵਾਲੀ ਪੱਗ ਦੀ ਵੀਡੀਓ ਦੇਖ, ਤੈਨੂੰ ਪੱਗ ਆ ਜੂਗੀ। ਅਤੇ ਹੋਰ ਹੀ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਅਤੇ ਬੈਲ ਆਈਕਨ ਦਬਾ ਕੇ ਰੱਖੋ। ਮਿਲਾਂਗੇ ਇਸੇ ਤਰੀਕੇ ਨਾਲ ਸੋਹਣੀਆਂ ਸੋਹਣੀਆਂ ਪੱਗ ਦੀਆਂ ਵੀਡੀਓਜ਼ ਲੈ ਕੇ। ਉਹਨੀ ਦੇਰ ਤੱਕ ਲਈ ਸਾਨੂੰ ਦੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।